ਪੀਰ ਮਨਸੂਰ ਸੀ ਜਿਹੜਾ ਬਗਦਾਦ ਵਿੱਚ ਰਹਿਣ ਵਾਲੇ ਸਨ ਸੱਯਦ ਸੀ ਤੇ ਸੱਯਦ ਵੀ ਹੋਵੇ ਤੇ ਮਸਤਵਾਰ ਹੋਵੇ ਤੇ ਜਮਾਤ ਵੀ ਉਹਦੀ ਬਥੇਰੀ ਸੀ ਦੀਵਾਨਿਆਂ ਦੇ ਦੀਵਾਨੇ ਦੀਵਾਨੇ ਹੀ ਹੁੰਦੇ ਨੇ ਇੱਕ ਦਿਨ ਲੋਕਾਂ ਬਗਦਾਦ ਦਿਆਂ ਪੀਰ ਮਨਸੂਰ ਨਾਲ ਗੱਲ ਕੀਤੀ ਇਹ ਆਖਿਆ ਪਹਿਲਾਂ ਭੈਣ ਦਾ ਤੇ ਪਤਾ ਕਰ ਉਹ ਕਿੱਥੇ ਜਾਂਦੀ ਆ ਕੌਣ ਕੌਣ ਜਿਹੜੀ ਇਹਨਾਂ ਦੇ ਮੀਂਹ ਮਾਈ ਦੇ ਨਾਲ ਤਿਆਰ ਹੋਵੇ ਫਿਰ ਅਣਬਣ ਤਿੰਨ ਬਿਨ ਤੇ ਅਣਬੁਣ ਕਈ ਝਾਂਜਰ ਮਾਈ ਦੀ ਝਾਲ ਚ ਲੀਂਦੀ ਛਣ ਛਣ ਤੇ ਫਿਰ ਛਿਣ ਛਿੜ ਕਈ ਬਗਲ ਮਾਈ ਦੀ ਤਾਂਤ ਮੂਹਰੇ ਫਿਰ ਤਣ ਤਣ ਤੇ ਤਿੰਨ ਤਿੰਨ ਤੇ ਤੁਣ ਤੁਣ ਕਈ ਐਲੀ ਹਾਦਸਾ ਜਦ ਕਰਮ ਦਾ ਮੀਂਹ ਵਸੇ ਫਿਰ ਕਣ ਕਣ ਤੇ ਕਿਣ ਕਿਣ ਤੇ ਕੁੜ ਕੁੜ ਕਈ ਤੁਸੀਂ ਆਪਣੇ ਕੰਮ ਵੱਲ ਖਿਆਲ ਰੱਖੋ ਮਸ਼ੀਨਾਂ ਚੱਲਦੀਆਂ ਨੇ ਬਈਆ ਚੱਲਣ ਦਿਓ ਲੋਕਾਂ ਸ਼ਹਿਰਦਾਰ ਆਖਿਆ ਪੀਰ ਮਨਸੂਰ ਨੂੰ ਉਹ ਭੈਣ ਦਾ ਤਾਂ ਪਤਾ ਕਰ ਕਿੱਥੇ ਜਾਂਦੀ ਆ ਉਹਦਾ ਨਾਮ ਹੀ ਅਨਲਕ ਸੀ ਉਹ ਕਿੱਥੇ ਜਾਂਦੀ ਆ ਗੱਲ ਖਾ ਗਈ ਪੀਰ ਮਨਸੂਰ ਨੂੰ ਉਹਨੇ ਆਖਿਆ ਮੈਂ ਪਤਾ ਤਾਂ ਅੱਜ ਰਾਤ ਨੂੰ ਕਰਾਂ ਭੈਣ ਜਾਂਦੀ ਕਿੱਥੇ ਵੇ ਰਾਤ ਜਾਗਦਾ ਰਿਹਾ ਇਸ ਵੇ ਭੈਣ ਦਾ ਵਕਤ ਹੋਇਆ ਜਾਣ ਦਾ ਉੱਠ ਕੇ ਉਹਨੇ ਵੁਜ਼ੂ ਕੀਤਾ ਹਜ਼ਰਤ ਲੂਤ ਲਾ ਸਮਾਨ ਦੇ ਉੱਥੇ ਤਖ਼ਤ ਪੰਜ ਤਨ ਪਾਕ ਦਾ ਹੁੰਦਾ ਸੀ ਬੀਬੀ ਜਾ ਕੇ ਉੱਥੇ ਹਾਜ਼ਰ ਹੁੰਦੀ ਸੀ ਪੀਰ ਮਨਸੂਰ ਨੂੰ ਜੇ ਫਿਰ ਜਾਗ ਹੋਈ ਤੇ ਮਗਰ ਹੀ ਤੁਰ ਪਿਆ ਆਵਾਜ਼ ਨਾ ਮਾਰੀ ਰਾਹ ਵਿੱਚ ਆਖਿਆ ਮਤ ਲੋਕ ਨਾ ਸੁਣ ਲੈਣ ਬੀਬੀ ਜਿਸਵੇ ਪਹੁੰਚੀ ਮਨਸੂਰ ਵੀ ਹਟ ਕੇ ਤੇ ਖਲੋ ਰਿਹਾ ਵਹਿੰਦਾ ਰਿਹਾ ਆਂਦੇ ਅਮਾ ਲੋਕਾਂ ਮਤਾ ਪਕਾਇਆ ਕਹਿਣ ਲੱਗੇ ਰਲ ਸਾਰੇ ਸ਼ਾਹ ਮਨਸੂਰ ਨੂੰ ਤਾਨੇ ਦਿੰਦੇ ਭੈਣ ਕਹਿੰਦੀ ਨਿਤ ਬਾਰੇ ਲੱਗਾ ਤੀਰ ਮਨਸੂਰ ਦੇ ਤਾਂ ਹੀ ਮਨ ਹੋ ਗਿਆ ਟੁਕੜੇ ਚਾਰੇ ਅੱਜ ਦੀ ਰਾਤ ਮੈਂ ਜਾਗਦਾ ਰਹਿ ਸਾਂ ਜੀ ਵੇਖਾਂ ਭੈਣ ਦੇ ਘਰੇ ਅੱਧੀ ਰਾਤ ਹੋਈ ਜਿਸ ਵੇਲੇ ਐਨਾ ਲੱਕ ਤਿਆਰੇ ਮਗਰੋਂ ਜਾਗ ਮਨਸੂਰ ਨੂੰ ਆ ਗਈ ਉਹ ਵੀ ਤੁਰ ਪਿਆ ਨਾਲੇ ਵਾਟੇ ਜਾ ਕੇ ਭੈਣ ਨੂੰ ਮਿਲਿਆ ਡਰਦਾ ਆਵਾਜ਼ ਨਾ ਮਾਰੇ ਜੇ ਬੁਲਾਇਆ ਭੈਣ ਦੇ ਤਾਂ ਹੀ ਤਾਂ ਲੋਕ ਸੁਣਦੇ ਸਾਰੇ ਬੀਬੀ ਜਿਹੜੀ ਸੀ ਆ ਮੁਹੰਮਦ ਆ ਮੁਹੰਮਦ ਖੜੀਆਂ ਬਾਹੀਂ ਅਲਾਰੇ ਉਸ ਘੜੀ ਦੇ ਅੰਦਰ ਯਾਰੋ ਮਲਕ ਆਏ ਚਰ ਰਲ ਚਾਰੇ ਸਹ ਨਬੀ ਦਾ ਚੁੱਕਿਆ ਹੋਇਆ ਰੱਖਦੇ ਹੋਦ ਕਿਨਾਰੇ ਉਹ ਤਖ਼ਤ ਤੇ ਬੈਠੇ ਹੋਏ ਨੇ ਪੰਜ ਤਨ ਪਾਕ ਪਿਆਰੇ ਜਿਸ ਵਿੱਚ ਤਖ਼ਤ ਆ ਗਿਆ ਨਾਲ ਪਿਆਲੇ ਆ ਗਏ ਵਰਤਾਉਣ ਵਾਸਤੇ ਬੀਬੀ ਪਾਕ ਨੂੰ ਆਰਡਰ ਹੋਇਆ ਪਿਆਲੇ ਉੱਠ ਕੇ ਤੇ ਵਰਤਾਓ ਛੇ ਪਿਆਲੇ ਆਉਂਦੇ ਹਨ ਉਹ ਦਿਨ ਸੱਤ ਆ ਗਏ ਛੇ ਜਿਵੇਂ ਵਰਤੇ ਗਏ ਤੇ ਬੀਬੀ ਆਖਿਆ ਜੀ ਇਹ ਸੱਤਵਾਂ ਕਿਹਨੂੰ ਦੇਣਾ ਆਖਿਆ ਕਿ ਪ੍ਰਾਹੁਣਾ ਆਇਆ ਹੋਵੇ ਜਿਸ ਵੇ ਵੇਖਿਆ ਮਨਸੂਰ ਖਲੋਤਾ ਪਿਛਾ ਹਟ ਕੇ ਆਖਿਆ ਪਿਆਲਾ ਉਹਨੂੰ ਦੇ ਬੀਬੀ ਗੱਲ ਕੀਤੀ ਆਖਿਆ ਮੈਂ ਮਨਸੂਰਾ ਨਾਲ ਮਗਰ ਹੀ ਆ ਗਿਆ ਤੇ ਆ ਪਿਆਲਾ ਪੀ ਲੈ
ਜਿਸ ਵੇਲੇ ਇਹਨੇ ਘੁੱਟ ਭਰੇ ਨੇ ਉਹਦੇ ਪਰਦੇ ਖੁੱਲ ਗਏ। ਮਨਸੂਰ ਦੇ ਸੱਯਦ ਵੀ ਸੀ, ਦੀਵਾਨਾ ਵੀ ਸੀ। ਫਿਰ ਝੱਲਿਆ ਨਾ ਗਿਆ, ਵਾਪਸ ਆਇਆ, ਆ ਕੇ ਕਿਸ ਨੂੰ ਇਹਨਾਂ ਲੱਕ ਇਹਨਾਂ ਲੱਕ ਇਹਨਾਂ ਲੱਕ ਇਹਨਾਂ ਲੱਕ ਦਾ ਮੈਂ ਰੱਬ। ਸ਼ਹਿਰਦਾਰ ਆਖਿਆ ਵੇਖੋ ਇਹ ਕਿਹੜੇ ਪਿੰਡੇ ਪੈ ਗਿਆ ਜੇ ਸੱਯਦ ਹੋ ਕੇ, ਇਹਦੇ ਨਾਲ ਗੱਲ ਤੇ ਕਰੋ, ਇਹਨੂੰ ਪੁੱਛੋ ਤੇ ਸਹੀ। ਪੀਰ ਮਨਸੂਰ ਨੂੰ ਆਖਿਆ ਗਿਆ ਤੂੰ ਵੀ ਆਂਦਾ ਮੈਂ ਰੱਬ, ਰੱਬ ਤੇ ਉਹ ਜਾਂਦਾ ਨਾ ਜਿਹੜਾ ਵਿੱਚ ਰੱਬ ਵਿੱਚ ਆਵੇ। ਤੇ ਸ਼ਹਿਰਦਾਰ ਆਲਮ ਇਕੱਠੇ ਹੋ ਗਏ, ਉਹਨਾਂ ਆਖਿਆ ਤੂੰ ਫਤਵਾ ਲਾਉਣਾ ਚਾਹੀਦਾ। ਕਹਿੰਦਾ ਮੈਂ ਰੱਬ ਆ, ਇਹ ਕਿਸ ਨੂੰ ਰੱਬ ਹੈ? ਫਤਵਾ ਜਿਹੜਾ ਬਾਦਸ਼ਾਹ ਦੇ ਕੋਲ ਚਲਾ ਗਿਆ। ਪੀਰ ਮਨਸੂਰ ਦੀ ਇਹ ਗੱਲ ਆਂਦਾ ਸੱਯਦ ਹੋ ਕੇ ਆਂਦਾ ਮੈਂ ਰੱਬ ਆ, ਤੇ ਉਹਦੇ ਤੇ ਫਤਵਾ ਹੋਣਾ ਚਾਹੀਦਾ ਕੀ? ਸਾਰੇ ਸ਼ਹਿਰ ਦੇ ਦੁਆਲੇ ਪਾਉਣਾ ਚਾਹੀਦਾ ਉਹਦੀ ਪੈਰੀ ਨਸਾ ਪਾ ਕੇ, ਅੱਗੇ ਜੋਗ ਜੁੱਤੀ ਹੋਵੇ ਪਿੱਛੇ ਲੱਭਦਾ ਖਿੱਚ ਕੇ ਸਾਰੇ ਸ਼ਹਿਰ ਪਾਉਣਾ ਚਾਹੀਦਾ। ਬਾਦਸ਼ਾਹ ਆਖਿਆ ਜਾ ਕੇ ਲਾ ਲਓ ਫਤਵਾ ਬਾਈ। ਸ਼ਹਿਰ ਦੇ ਵਿੱਚ ਖਬਰ ਹੋ ਗਈ ਪੀਰ ਮਨਸੂਰ ਨੂੰ ਅੱਜ ਫਤਵਾ ਲੱਗਣਾ ਹੈ। ਅੱਧਾ ਗੱਲ ਕੀ, ਯੋਗ ਵੀ ਆ ਗਈ, ਰੱਸਾ ਵੀ ਆ ਗਿਆ, ਉਹਦੇ ਪਾ ਕੇ ਗਿੱਟਾਂ ਨੂੰ ਸਾਰੇ ਸ਼ਹਿਰ ਦੇ ਦੁਆਲੇ ਪਵਾਇਆ। ਵੱਜ ਵੱਜ ਠੀਕ ਕਰੀਆਂ ਰੋਹੜ ਸੱਟਾਂ, ਪੀਰ ਮਨਸੂਰ ਜਿਹੜਾ ਸੀ ਬੇਦਲ ਹੋ ਗਿਆ। ਪਵਾ ਕੇ ਤੇ ਜਿਸ ਵੇਲਾ ਆ ਉੱਠ ਕੇ ਖਲੋਤਾ ਖਾ ਆਨਾ ਲੱਕ, ਉਹਨਾਂ ਆਖਿਆ ਸਜਾ ਤੇ ਬੜੀ ਦਿੱਤੀ ਸੀ, ਫੇਰ ਜੀ ਪਿਆ। ਫਿਰ ਗਿਆ ਬਾਦਸ਼ਾਹ ਕੋਲ ਆਲਮ, ਜਾ ਕੇ ਦੱਸਿਆ ਜੀ, ਆਖਿਆ ਜੀ ਉੱਥੇ ਜੇ ਫਤਵਾ ਨਹੀਂ ਲੱਗ ਸਕਿਆ, ਫਤਵਾ ਲੱਗਦਾ ਤਾਂ ਲੱਕ ਲੱਕ ਟੋਇਆ ਕੱਢ ਕੇ ਵਿੱਚ ਗੱਡੀਏ, ਸਾਰਾ ਸ਼ਹਿਰ ਆ ਕੇ ਤੇ ਪੱਥਰ ਮਾਰੇ ਪੰਜ ਪੰਜ, ਜਿਹੜਾ ਨਾ ਮਾਰੇ ਉਹਦੇ ਤੇ ਵੀ ਫਤਵਾ ਹੀ ਲੱਗੇ। ਜਿਸ ਵੇਲੇ ਢੋਲ ਵੱਜ ਗਿਆ, ਖਬਰ ਹੋ ਗਈ ਸ਼ਹਿਰ ਦੇ ਵਿੱਚ ਪੀਰ ਮਨਸੂਰ ਦੇ ਉੱਤੇ, ਲਓ ਜੀ ਲੱਖ ਲੱਖ ਟੋਇਆ ਗੱਢ ਕੇ ਵਿੱਚ ਗੱਢ ਕੇ, ਤੇ ਸਾਰਾ ਸ਼ਹਿਰ ਆ ਕੇ ਪੰਜ ਪੰਜ ਪੱਥਰ ਮਾਰੇ, ਜਿਹੜਾ ਨਾ ਮਾਰੇ ਫਤਵਾ ਉਹਦੇ ਤੇ ਵੀ ਇਹੀ ਚੱਲੇਗਾ। ਕਿਉਂ? ਕੋਈ ਸ਼੍ਰੀਜੀਤਾਂ ਫਤਵੇ ਜਿਹੜੇ ਨੇ, ਕੋਈ ਮਾਹੌਲ ਨਹੀਂ। ਕੱਢ ਕੇ ਟੋਇਆ ਜਿਵੇਂ ਪੀਰ ਮਨਸੂਰ ਨੂੰ ਗੜ ਦਿੱਤਾ, ਐਲਾਨ ਹੋ ਗਿਆ ਮੈਂ ਫਤਵਾ ਉਹਦੇ ਤੇ ਵੀ ਲੱਗੇਗਾ ਜਿਹੜਾ ਨਾਮ ਮਰਨ ਗਿਆ। ਸਾਰੇ ਸ਼ਹਿਰ ਆ ਕੇ ਪੰਜ ਪੰਜ ਪੱਥਰ ਮਾਰੇ, ਉਸ ਬਣ ਜਾਣੀ ਸੀ ਪਹਾੜੀ ਵੱਡੀ, ਢੇਰ ਲੱਗ ਗਿਆ ਦੁਆਲੇ। ਉਹਦਾ ਯਾਰ ਸੀ ਇੱਕ ਸ਼ੇਖ ਸ਼ਿਬਲੀ, ਉਹ ਨਹੀਂ ਅਜੇ ਪਹੁੰਚਿਆ। ਉਹਨੇ ਆਖਿਆ ਜੇ ਨਾ ਜਾਵਾਂ ਸ਼੍ਰੀਤ ਵੱਲੋਂ ਕੱਟਿਆ ਜਾਂਦਾ, ਤੇ ਜੇ ਜਾਵਾਂ ਤੇ ਅੱਗੇ ਯਾਰ ਏ, ਕਰਾਂ ਕਿਹੜੀ ਗੱਲ। ਉਹਨੇ ਕੀ ਕੀਤਾ, ਪੰਜ ਫੁੱਲ ਤੋੜ ਲੈ। ਉਹਨੇ ਆਖਿਆ ਅਸੀਂ ਫੁੱਲ ਮਾਰ ਛੱਡਿਆ ਯਾਰ ਨੂੰ, ਕੋਈ ਗੱਲ ਨਹੀਂ, ਸ਼੍ਰੀਅਤ ਪੂਰੀ ਕਰਨੀ ਹੈ। ਸ਼ੇਖ ਸ਼ਿਬਲੀ ਜਿਹੜਾ ਸੀ ਆ ਗਿਆ, ਆ ਕੇ ਤੇ ਉਹਨੇ ਪੰਜ ਫੁੱਲ ਮਾਰੇ। ਪੀਰ ਮਨਸੂਰ ਨੇ ਦੁਹਾਈ ਪਾ ਦਿੱਤੀ, ਉਹਨੇ ਆਖਿਆ ਹੋਇਆ ਕਿ ਕਿਤੇ ਮੈਨੂੰ ਪੰਜ ਹੀ ਜ਼ਖਮ ਹੋ ਗਏ ਨੇ, ਤੇ ਪੱਥਰਾਂ ਦਾ ਤਾਂ ਮੈਨੂੰ ਪਤਾ ਵੀ ਨਹੀਂ ਕਿੱਥੇ ਵੱਜਦੇ ਨੇ ਤੇ ਕਿੱਥੇ ਨਹੀਂ, ਇਹ ਕੀ ਕੀਤਾ ਜੀ? ਉਹ ਤੂੰ ਮੇਰੇ ਹਾਲ ਦਾ ਮਹਿਰਮ ਸੈਂ, ਤੇਰੇ ਪੰਜ ਹੀ ਜ਼ਖਮ ਹੋਏ ਨੇ,
ਮੇਰੇ ਕਲੇਜੇ ਤੇ ਤੂੰ ਨਹੀਂ ਸੀ ਨੇਰ ਪਾਣਾ ਜਿਸ ਵੇਲੇ ਇਹ ਟਾਈਮ ਲੰਘ ਗਿਆ ਲਾ ਕੇ ਪੱਥਰ ਪੀਛਾ ਕੀਤਾ ਉਹਨੇ ਵਿੱਚੋਂ ਕੱਢੇ ਉਹਨੇ ਬੇਹੋਸ਼ ਹੋਇਆ ਸੀ ਫੜ ਕੇ ਉਹਦੇ ਉਧਰ ਬਾਹਾਂ ਤੇ ਸ਼ਹਿਰ ਵੱਲ ਲੈ ਟੁਰੇ ਜਿਵੇਂ ਥੋੜੀ ਜਿਹੀ ਹੋਸ਼ ਆਈ ਪੀਰ ਮਨਸੂਰ ਨੇ ਆਖਿਆ ਉਹਨਾਂ ਲੱਕ ਉਹਨਾਂ ਆਖਿਆ ਲੈ ਬਈ ਫਤਵੇ ਦੋ ਤੇ ਲਾ ਬੈਠੇ ਹਾਂ ਪੱਥਰ ਵੀ ਸਾਰੇ ਸ਼ਹਿਰ ਨੇ ਮਾਰੇ ਨੇ ਇਹ ਤਾਂ ਕੰਮ ਹੀ ਬੜਾ ਖਰਾਬ ਹੈ ਅਸੀਂ ਤੇ ਬੀਜੇ ਤੋਂ ਗਏ ਬਾਦਸ਼ਾਹ ਅੱਗੇ ਵੀ ਸਾਰੇ ਸ਼ਹਿਰ ਪੰਜ ਪੰਜ ਪੱਥਰ ਮਰਵਾਏ ਨੇ ਇਹਨੂੰ ਪੱਥਰਾਂ ਦੇ ਵਿੱਚ ਹੀ ਗੱਡ ਕੱਤਾ ਅਸੀਂ ਕਿਹੜੇ ਖੂਹ ਚ ਡਿੱਗੀਏ ਆਲਮਾ ਆਖਿਆ ਪੀਰ ਮਨਸੂਰ ਨੂੰ ਲੱਗਾ ਉਹ ਆਵਾਜ਼ ਸ਼ੁਰੂ ਹੋਏ ਅਨਰ ਲੱਕ ਅਨਰ ਲੱਕ ਅਨਰ ਲੱਕ ਐਨਾ ਲੱਕ ਉਹਦੀ ਭੈਣ ਦਾ ਵੀ ਨਾਂ ਆਇਆ ਸੀ ਜਿਹੜੇ ਨਹੀਂ ਸਨ ਨਾ ਸਮਝਦੇ ਉਹਨਾਂ ਆਖਿਆ ਭੈਣ ਤੇ ਹੀ ਆਸ਼ਕ ਹੋ ਗਿਆ ਰੇਲ ਜ਼ਬਰ ਦਾ ਹੀ ਫਰਕ ਹੁੰਦਾ ਹੈ ਅਨਰ ਲੱਕ ਤੇ ਐਨਾ ਲੱਕ ਜਿਸ ਵੇਲੇ ਫਤਵਾ ਨਾ ਬਾਪ ਜਾ ਕੇ ਪੇਸ਼ ਹੋ ਗਿਆ ਆਲਮ ਉਹਨਾਂ ਆਖਿਆ ਜੀ ਸਾਡੇ ਸ਼ਹਿਰ ਤੇ ਭਾਰਾ ਬੜਾ ਜੀ ਪੀਰ ਮਨਸੂਰ ਨੂੰ ਸੂਲੀ ਚਾੜਨਾ ਚਾਹੀਦਾ ਜੇ ਸੂਲੀ ਨਾ ਚਾੜੀਏ ਤੇ ਸਾਡਾ ਸ਼ਹਿਰ ਜਿਹੜਾ ਬਚਣ ਨਹੀਂ ਲਗਾ ਬਾਦਸ਼ਾਹ ਨੂੰ ਆਖਿਆ ਜੀ ਸੂਲੀ ਚਾੜਨਾ ਚਾਹੀਦਾ ਬਾਦਸ਼ਾਹ ਨੇ ਆਖਿਆ ਗੱਲ ਸੁਣੋ ਸੱਯਦ ਤੇ ਮੁਸਲਮਾਨ ਨੇ ਅੱਜ ਕਿਸੇ ਅੱਜ ਤੱਕ ਕਿਸੇ ਸੂਲੀ ਨਹੀਂ ਚਾੜਿਆ ਆਖਿਆ ਜੀ ਸ਼ਰੀਅਤ ਆਉਂਦੀ ਏ ਸਾਡੇ ਸ਼ਹਿਰ ਤੇ ਭਾਰਾ ਹੈ ਸੂਲੀ ਜ਼ਰੂਰ ਚਾੜਨਾ ਬਾਦਸ਼ਾਹ ਨੇ ਆਖਿਆ ਜਾਓ ਜਾ ਕੇ ਚਾੜ ਲਓ ਨਹੀਂ ਮੁੜਦੇ ਤੇ ਐਲਾਨ ਹੋ ਗਿਆ ਸਾਰੇ ਸ਼ਹਿਰ ਦੇ ਵਿੱਚ ਸੂਲੀ ਗੱਡ ਕੱਤੀ ਪ੍ਰੋਗਰਾਮ ਹੋ ਗਿਆ ਫਲਾਣੇ ਟਾਈਮ ਚਾੜਿਆ ਜਾਏਗਾ ਖਲਾਰ ਦਿੱਤਾ ਸ਼ਹਿਰ ਵੀ ਇਕੱਠਾ ਹੋ ਗਿਆ ਆਵੇ ਕਿਸਰਾ ਫਾ ਪਾ ਕੇ ਗੱਲ ਪੀਰ ਮਨਸੂਰ ਨੂੰ ਸੂਲੀ ਚਾੜਦੇ ਨੇ ਕਾਲੀਆਂ ਹੁਕਮ ਦੇ ਦਿੱਤਾ ਤਾਂ ਚਾੜ ਦਿਓ ਸੂਲੀ ਚਾੜ ਦੇਵੋ ਮੁੱਕੇ ਰੋਜ਼ ਬਰੋਜ਼ ਦੀ ਵੀ ਕੰਗ ਯਾਰੋ ਬੋਲੇ ਹੱਕ ਤੇ ਹੋਣੇ ਨੱਕ ਲੱਗਾ ਆਹੋ ਨੱਕ ਲੱਗਾ ਵੇਖੋ ਰੱਬ ਰਹੀਮ ਰੰਗ ਰੰਗ ਯਾਰੋ ਚਾੜ ਦਿੱਤਾ ਵਾ ਗਲ ਪਾਰ ਥਾ ਨਾ ਹੋਵੇ ਪਾਰ ਥਾ ਮੂੰਹ
ਬੋਲਿਆ ਨਹੀਂ ਵੀ ਮਲੰਗ ਲੰਘ ਯਾਰੋ ਕੀ ਕਰ ਬੋਲ ਸਕੇ ਹੇਠੋਂ ਖਿੱਚ ਲਈਏ ਉਹ ਪੌੜੀ ਜ਼ਾਲਮਾਂ ਨੇ ਜ਼ਾਲਮਾਂ ਨੇ ਦਿੱਤੀ ਜਾਨ ਸੁਭਾਂ ਕੋਈ ਪਤੰਗ ਤੰਗ ਯਾਰੋ ਦੀਕਾ ਤਰਹੋ ਜ਼ਮੀਨ ਦੇ ਵੀ ਮਾਂ ਮਛਲੀ ਮੈਂ ਵਾਂਗ ਮੱਛੀ ਟੁੱਟ ਗਿਆ ਉਹਦਾ ਬੰਦ 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 ਯਾਰੋ ਬਾਤ ਸ਼ਾਮ ਸੋਚਦੇ ਨਾਲ ਖੇ ਹੋਇਆ ਦੂਰ ਫਕੀਰ ਜਾਊਂਗੀ ਲੰਘ ਯਾਰੋ ਬਾਦਸ਼ਾਹ ਸੋਚ ਦੇ ਨਾਲ ਆਖੇ ਬਾਬਾ ਹੋਇਆ ਦੂਰ ਫਕੀਰ ਦਾ ਲੰਘ ਯਾਰੋ ਉਹ ਮੋਕਮ ਦੀਨ ਨਾਰੇ ਮਾਰੇ ਸ਼ੇਰ ਸ਼ਿਮਲੀ ਉਹ ਰੱਖ ਲਾ ਮੋਕਮਦੀਨ ਨਾਰੇ ਮਾਰੇ ਸ਼ੇਖ ਸ਼ਿਬਲੀ ਉਹ ਸੱਜਣ ਛੋੜ ਚੱਲੇ ਸਾਡਾ ਸੰਗ ਯਾਰ ਤੋਂ ਲਾ ਲਿਆ ਸ਼ੇਖ ਸ਼ਿਬਲੀ ਯਾਰ ਸੀ ਉਹਦਾ ਜਿਸ ਵੇਲੇ ਆਲਮਾਂ ਨੇ ਸੌੜ ਪਾਈ ਇਹਨੂੰ ਦਹਨ ਕਰਨ ਵਾਲਾ ਕੰਮ ਕਰੋ ਉਦੋਂ ਬਾਦਸ਼ਾਹ ਵੀ ਆ ਗਿਆ ਬਾਦਸ਼ਾਹ ਨੇ ਆਖਿਆ ਤੁਹਾਡੇ ਕੋਲ ਸੂਲੀ ਨਹੀਂ ਚੜਿਆ ਅਜੇ ਦੇ ਵਿੱਚ ਜਾਨ ਹੈ ਆਖਣ ਜੀ ਸ਼ੇਰ ਜਾਦੂ ਇਹਦੇ ਵਿੱਚ ਅਜੇ ਉਹ ਹੀ ਆਵਾਜ਼ ਆਉਂਦਾ ਉਧਰੋਂ ਸ਼ੇਖ ਸ਼ਿਬਲੀ ਆ ਗਿਆ ਜਿਸ ਵੇਲੇ ਗੁਸਲ ਕਰਾਉਣ ਲੱਗੇ ਉਹ ਸਾਡੇ ਪਿੱਛੋਂ ਮੈਂ ਆਇਆ ਸ਼ੇਖ ਸ਼ਿਬਲੀ ਲੱਗੇ ਵਾ ਯਾਰ ਨੂੰ ਗੁਸਲ ਕਰਾਉਣ ਮੌਲਾ
ਲੰਗ ਯਾਰ ਗੁਸਲ ਕਰਾਉਣ ਮੌਲਾ ਜਿਹੜੇ ਕੋਲ ਉਹਦੇ ਵਾ ਯਾਰ ਬਹਿਣ ਵਾਲਿਆ ਜਿਹੜੇ ਕੋਲ ਉਹਦੇ ਵਾ ਯਾਰ ਬਹਿਣ ਵਾਲਿਆ ਜਿਹੜੇ ਕੋਲ ਉਹਦੇ ਵਾ ਯਾਰ ਬਹਿਣ ਵਾਲਿਆ ਲੱਗੇ ਦਰਦ ਨਾਲ ਨਵਾਉਣ ਵਾਲਾ ਜਦੋਂ ਸਿਰ ਵਿੱਚ ਪਾਣੀ ਪਾ